समझ नहीं आती बस हम ਬੋਲਣ ਨਾਲੋਂ ਚੁੱਪ ਚੰਗੇਰੀ ਚੁੱਪ ਤੋਂ ਚੰਗਾ ਪਰਦਾ। ਕੇ ਟੀ ਵੀ ਦੇਖਣ ਵਾਲੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਮੈਂ ਜਸਵੀਰ ਸਿੰਘ ਸਵਾਗਤ ਕਰਦਾ। ਸਿੰਘੂ, ਕੁੰਡਲੀ, ਟਿੱਕਰੀ, ਗਾਜ਼ੀਪੁਰ ਬਾਰਡਰਾਂ ਦੇ ਉੱਤੇ ਦਿੱਲੀ ਦੇ ਵਿੱਚ ਕਿਸਾਨ ਮੋਰਚਾ ਚੱਲ ਰਿਹਾ। ਕਿਸਾਨ ਮੋਰਚੇ ਨੂੰ ਪੂਰੇ 11 ਮਹੀਨੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਬੈਠੇ ਨੂੰ ਹੋ ਗਏ ਨੇ। ਪੰਜਾਬ, ਹਰਿਆਣਾ ਅਤੇ ਭਾਰਤ ਦੇ ਬਹੁਤ ਸਾਰੇ ਹੋਰ ਰਾਜਾਂ ਦੇ ਵਿੱਚੋਂ ਕਿਸਾਨ ਜਿਹੜੇ ਆ ਦਿੱਲੀ ਦੇ ਬਾਰਡਰਾਂ 'ਤੇ ਆਪਣੇ ਹੱਕਾਂ ਦੇ ਲਈ ਨਵੇਂ ਖੇਤੀ ਕਾਨੂੰਨ ਰੱਦ ਕਰਾਉਣ ਦੇ ਲਈ ਡਟੇ ਹੋਏ। 11 ਮਹੀਨੇ ਪਹਿਲਾਂ ਲੱਗੇ ਬੈਰੀਕੇਡ ਪੁਲਿਸ ਦੁਆਰਾ ਲਾਉਣੇ ਸ਼ੁਰੂ ਕਰ ਦਿੱਤੇ ਆ। ਤਾਜ਼ਾ ਖਬਰ ਵੀ ਹੈ, ਤਾਜ਼ਾ ਜਾਣਕਾਰੀ ਹੈ, ਟਿੱਕਰੀ ਬਾਰਡਰ ਦੇ ਉੱਤੇ ਸਭ ਤੋਂ ਪਹਿਲਾਂ ਲਾਂਘਾ ਜਿਹੜਾ ਉਹ ਖੋਲ੍ਹਿਆ ਜਾ ਰਿਹਾ ਹੈ। ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਉਸ ਇਲਾਕੇ ਦੇ ਮਜ਼ਦੂਰ, ਉਸ ਇਲਾਕੇ ਦੀਆਂ ਫੈਕਟਰੀਆਂ, ਉਸ ਇਲਾਕੇ ਦੀ ਜਿਹੜੀ ਇੰਡਸਟਰੀ ਹੈਗੀ ਹੈ, ਉਹਨਾਂ ਦੇ ਮਾਲਕ ਉਹ ਸਾਡੇ ਤੱਕ ਪਹੁੰਚ ਕਰਦੇ ਆ। ਉਹ ਕਹਿੰਦੇ ਆ ਕਿ ਲਾਂਘਾ ਕਿਰਪਾ ਕਰਕੇ ਖੁਲਵਾਇਆ ਜਾਵੇ। ਬੀਤੇ ਦਿਨ ਟਿੱਕਰੀ ਬਾਰਡਰ ਦੇ ਉੱਤੇ ਕਿਸਾਨ ਲੀਡਰਾਂ ਦੀ ਦਿੱਲੀ ਪੁਲਿਸ ਦੇ ਆਲਾ ਅਧਿਕਾਰੀਆਂ ਦੇ ਨਾਲ ਇੱਕ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ 5 ਫੁੱਟ ਦਾ ਲਾਂਘਾ ਉਹ ਖੋਲ੍ਹਿਆ ਜਾਵੇਗਾ। ਜੇ ਅਸੀਂ ਟਿੱਕਰੀ ਬਾਰਡਰ ਦੀ ਗੱਲ ਕਰ ਲਈਏ ਤਾਂ ਟਿੱਕਰੀ ਬਾਰਡਰ ਦੇ ਉੱਤੇ 9 ਲੇਅਰਾਂ ਬੈਰੀਕੇਡ ਦੀਆਂ ਲੱਗੀਆਂ ਹੋਈਆਂ ਨੇ। ਸਭ ਤੋਂ ਪਹਿਲਾਂ ਲੋਹੇ ਦੇ ਬੈਰੀਕੇਡ ਲੱਗੇ ਹੋਏ ਨੇ, ਦੂਸਰੇ ਨੰਬਰ 'ਤੇ ਫਿਰ ਕੰਡਿਆਲੀ ਤਾਰ ਲੱਗੀ ਹੋਈ ਹੈ, ਫਿਰ ਕੰਕਰੀਟ ਦੇ ਬਣੇ ਹੋਏ ਜਿਹੜੇ ਥੰਮ ਆ ਉਹ ਰੱਖੇ ਗਏ ਨੇ, ਮੁੜ ਕੰਕਰੀਟ ਦੀਆਂ ਬੁਰਜੀਆਂ ਉੱਥੇ ਲਿਜਾ ਕੇ ਜਿਹੜਾ ਸੀਮੈਂਟ, ਰੇਤਾ, ਬਜਰੀ, ਮਿਕਸਅਪ ਘੋਲ ਜਿਹੜਾ ਹੈਗਾ 26 ਜਨਵਰੀ ਦੇ ਲਾਗੇ ਤਾਗੇ ਉਹ ਪਾਇਆ ਗਿਆ ਸੀ, ਉਹ ਹੈਗਾ, ਫਿਰ ਕੰਕਰੀਟ ਹੈ, ਫਿਰ ਲੋਹੇ ਦੇ ਬੈਰੀਕੇਡ, ਇਸ ਤਰ੍ਹਾਂ ਕਰਕੇ 9 ਲੇਅਰਾਂ ਜਿਹੜੀਆਂ ਉਹ ਬੈਰੀਕੇਡ ਦੀਆਂ ਕੀਤੀਆਂ ਹੋਈਆਂ ਸੀ। ਟਿੱਕਰੀ ਬਾਰਡਰ ਦੇ ਉੱਤੇ ਬੀਤੇ ਦਿਨ ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗ ਦੇ ਵਿੱਚ ਹੋਏ ਸਮਝੌਤੇ ਤੋਂ ਬਾਅਦ ਬੀਤੀ ਰਾਤ ਲਗਭਗ 11 ਵਜੇ ਤਣਾਓਪੂਰਨ ਮਾਹੌਲ ਬਣਿਆ। ਕਿਸਾਨ ਲੀਡਰ ਹਰਨੇਕ ਸਿੰਘ ਮਹਿਮਾ ਦੇ ਫੇਸਬੁੱਕ ਪੇਜ ਦੇ ਉੱਤੇ ਪਾਈਆਂ ਗਈਆਂ ਪੋਸਟਾਂ ਦੇ ਉੱਤੇ ਲਿਖਿਆ ਗਿਆ, ਮਾਹੌਲ ਬਹੁਤ ਤਣਾਅਪੂਰਨ ਹੈ, ਮਾਹੌਲ ਬਹੁਤ ਨਾਜ਼ੁਕ ਹੈ, ਜਲਦੀ ਤੋਂ ਜਲਦੀ ਵੱਡੀ ਗਿਣਤੀ 'ਚ ਲੋਕ ਪਹੁੰਚਣ। ਰਾਤ ਨੂੰ ਜੋ ਕੁਝ ਵੀਡੀਓ ਸਾਹਮਣੇ ਆਈਆਂ ਉਹ ਵੀ ਤੁਸੀਂ ਦੇਖ ਸਕਦੇ ਹੋ। ਜਿਹੜਾ ਪਹੁੰਚੋ ਟਿੱਕਰੀ ਬਾਰਡਰ ਦੀ ਸਟੇਜ 'ਤੇ, ਬੇਨਤੀ ਆ ਵਾਰੀ ਵਾਰੀ ਸਾਰੇ ਭਰਾਵਾਂ ਨੂੰ, ਬਾਪੂ ਬੇਨਤੀ ਆ ਭਰਾਵੋ, ਜਿਹੜਾ ਲਗਾਤਾਰ ਕਿਸਾਨ ਪਹੁੰਚ ਰਹੇ ਆ, ਅਤੇ ਜਿਹੜਾ ਬੇਨਤੀ ਆ ਵੱਧ ਤੋਂ ਵੱਧ ਭਰਾਵੋ ਹੋਰ ਪਹੁੰਚੋ ਸਾਰੇ ਭਰਾਵਾਂ ਨੂੰ, ਇਹੀ ਬੇਨਤੀ ਆ। ਜਿਹੜਾ ਪ੍ਰਸ਼ਾਸਨ ਆ ਗਿਆ, ਗੱਲਬਾਤ ਕਰ ਰਿਹਾ, ਝੂਠੇ ਲਾਰੇ ਲਾ ਰਿਹਾ, ਜਦੋਂ ਅੱਜ ਦਿਨੇ ਗੱਲਬਾਤ ਹੋਈ ਸੀ ਕਿ ਅਸੀਂ ਕਿਸਾਨ ਲੀਡਰ ਬੋਗ ਸਿੰਘ ਮਾਨਸਾ ਦੇ ਨਾਲ ਫੋਨ 'ਤੇ ਰਾਬਤਾ ਕੀਤਾ। ਟਿੱਕਰੀ ਬਾਰਡਰ ਖੋਲ੍ਹਣ ਦਾ ਫੈਸਲਾ ਪੁਲਿਸ ਅਧਿਕਾਰੀਆਂ ਅਤੇ ਟਿੱਕਰੀ ਬਾਰਡਰ 'ਤੇ ਮੌਜੂਦ ਕਿਸਾਨ ਜਥੇਬੰਦੀਆਂ ਦਾ ਨਿੱਜੀ ਹੈ। ਫਿਲਹਾਲ ਸੰਯੁਕਤ ਕਿਸਾਨ ਮੋਰਚੇ ਦਾ ਇਸ ਬਾਰਡਰ ਖੋਲ੍ਹਣ ਨੂੰ ਲੈ ਕੇ ਕੋਈ ਵੱਡਾ ਬਿਆਨ ਨਹੀਂ ਸਾਹਮਣੇ ਆਇਆ। ਬੋਗ ਸਿੰਘ ਮਾਨਸਾ ਦਾ ਕੀ ਕਹਿਣਾ, ਆਓ ਸੁਣਦੇ ਹਾਂ। ਕੱਲ੍ਹ ਸਾਡੀ ਕਮਿਟਮੈਂਟ ਹੋਈ ਸੀ ਵੀ 5 ਫੁੱਟ ਖੁਲਾਵਾਂਗੇ, ਟੂ ਵੀਲਰਸ ਐਂਡ ਜਿਹੜਾ ਹੈਗਾ ਪੈਦਲ ਜਾਣ ਵਾਲੇ ਸਾਥੀਆਂ ਨੂੰ, ਉਹਨਾਂ ਦੇ ਵਾਸਤੇ ਖੋਲ੍ਹਾਂਗੇ, ਬਾਕੀ ਕਿਸੇ ਨੂੰ ਇਜਾਜ਼ਤ ਨਹੀਂ ਦੇਵਾਂਗੇ। ਉਸ ਕਮਿਟਮੈਂਟ ਦੇ ਮੁਤਾਬਕ ਉਹ ਖੋਲ੍ਹ ਦਿੱਤਾ ਗਿਆ, ਟੂ ਵੀਲਰ ਤੇ ਪੈਦਲ ਮਜ਼ਦੂਰਾਂ ਲਈ। ਅੱਛਾ, ਇੱਕ ਇਹ ਰਸਤਾ ਜਿਹੜਾ ਹੈਗਾ ਅੱਜ ਸਵੇਰੇ ਮਤਲਬ ਲਗਭਗ 12-1 ਵਜੇ ਖੋਲ੍ਹਿਆ ਗਿਆ? ਹਾਂਜੀ ਹਾਂਜੀ, ਠੀਕ ਹੈ ਜੀ। ਤੇ ਕੱਲ ਪੁਲਿਸ ਦੇ ਕਿਸੇ ਵੱਡੇ ਅਧਿਕਾਰੀਆਂ ਨਾਲ ਹੋਈ ਸੀ ਜਾਂ ਉਸ ਇਲਾਕੇ ਦੀ ਜਾਂ ਜਿਹੜੇ ਹੈਗੇ ਇਲਾਕੇ? ਨਹੀਂ ਨਹੀਂ, ਉਹਦੇ ਚ ਐਸਪੀ ਆਪਣਾ ਝੱਜਰ, ਡੀਸੀ ਝੱਜਰ ਜੀ, ਹਾਂਜੀ, ਉਹਨਾਂ ਦੇ ਥੋੜੇ ਛੋਟੇ ਅਧਿਕਾਰੀ ਜੀ, ਡੀਐਸਪੀ, ਐਸਐਚਓ ਬਹਾਦਰਗੜ੍ਹ, ਤੇ ਉਧਰ ਦਿੱਲੀ ਆ ਦੇ ਜਿਹੜਾ ਐਸਐਚਓ ਐਸਪੀ ਜੀ। ਠੀਕ ਹੈ, ਤਾਂ ਫਿਰ ਰਾਤ ਜਿਹੜਾ ਹੈਗਾ ਬੋਗ ਸਿੰਘ ਜੀ, ਕਿਹੜੀ ਗੱਲ ਦਾ ਵਿਵਾਦ ਹੋਇਆ ਸੀ ਉੱਥੇ, ਕਿਉਂਕਿ ਕਾਫੀ ਕਿਸਾਨ ਲੀਡਰਾਂ ਦੇ ਪੇਜਾਂ ਤੋਂ ਵੀ ਵੀਡੀਓਜ਼ ਪਈਆਂ ਵੀ ਮਾਹੌਲ ਤਣਾਅਪੂਰਨ ਹੋ ਗਿਆ ਸੀ, ਉਹ ਕੀ ਘਟਨਾ ਵਾਪਰੀ ਸੀ, ਕਾਰਨ ਕੀ ਸੀ? ਉਹ ਜੀ, ਉਹਨਾਂ ਨੇ ਜਿਹੜਾ ਮਤਲਬ ਉਹ ਬੈਰੀਗੇਡ ਹਟਾਉਂਦੇ ਆ ਰਹੇ ਸੀ। ਅੱਛਾ ਜੀ, ਜਿਹੜੇ ਪੱਥਰ ਵਾਲੇ ਸੀ ਉਹ ਉਹਨਾਂ ਨੇ 5 ਫੁੱਟ ਤੋਂ ਜ਼ਿਆਦਾ ਹਿਲਾਤੇ ਸੀ। ਅੱਛਾ ਜੀ, ਉਸ ਕਰਕੇ ਅਸੀਂ ਕਿਹਾ ਵੀ ਜਦੋਂ ਤੁਹਾਡੇ ਨਾਲ ਕਮਿਟਮੈਂਟ 5 ਫੁੱਟ ਦੀ ਹੋਇਆ, ਉਹ ਫਿਰ ਰੋਕਤੇ ਸੀ ਵੀ ਅਸੀਂ ਨਹੀਂ ਖੋਲਣ ਦਿੰਦੇ ਉਹਨੂੰ। ਉਹ ਅੱਜ ਫਿਰ ਸਵੇਰੇ 10 ਵਜੇ ਦੀ ਮੀਟਿੰਗ ਰੱਖੀ ਸੀ, ਉਹ 10 ਵਜੇ ਮੀਟਿੰਗ ਹੋਈ, ਉਹਦੇ 'ਚ ਫਿਰ ਉਹਨਾਂ ਨੇ ਮੰਨ ਲਿਆ, ਫਿਰ ਅਸੀਂ ਦੁਬਾਰਾ ਮੀਟਿੰਗ ਕਰਕੇ ਵੀ ਹੁਣ ਕੱਲ੍ਹ ਵਾਲੇ ਗੱਲ 'ਤੇ ਰਿਹਾ ਜਾਵੇ ਜਾਂ ਮਤਲਬ ਮੁੱਕਰ ਜਾਇਆ ਜਾਵੇ, ਫਿਰ ਉਹ ਸਾਨੂੰ ਹੋਇਆ ਵੀ ਉਹ ਆਪਾਂ ਕੱਲ੍ਹ ਕਮਿਟਮੈਂਟ ਕਰ ਲਈ, ਕਿਉਂਕਿ ਕੋਈ ਸਰਕਾਰ ਵੱਲੋਂ ਤਾਂ ਅਸੀਂ ਕੀਤਾ ਨਹੀਂ ਵੀ ਸਰਕਾਰ ਦੀ ਅਪੀਲ 'ਤੇ ਜਾਂ ਪੁਲਿਸ ਪ੍ਰਸ਼ਾਸਨ ਦੀ ਅਪੀਲ 'ਤੇ ਕੀਤਾ ਹੈ। ਸਾਨੂੰ ਵਾਰ ਵਾਰ ਅਪੀਲਾਂ ਜਿਹੜੀਆਂ ਸੀਗੀਆਂ ਉਹ ਮਜ਼ਦੂਰਾਂ ਦੀਆਂ ਆ ਰਹੀਆਂ ਸੀ। ਉਹ ਕਹਿੰਦੇ ਸੀ ਵੀ ਸਾਨੂੰ ਜੀ ਮਤਲਬ ਜਿਹੜਾ ਹੈਗਾ ਉਧਰੋਂ ਮਜ਼ਦੂਰੀ ਦੇ ਥੱਕੇ ਹਾਰੇ ਹੁੰਦੇ ਆ, ਉਧਰੋਂ ਬੰਦ ਵੱਧ ਕਰਨਾ ਪੈਂਦਾ, ਭਾਵੇਂ ਸਾਈਕਲ ਤੇ ਕਰਦੇ ਹਾਂ ਅਸੀਂ, ਭਾਵੇਂ ਤੁਰ ਕੇ ਕਰਦੇ ਹਾਂ। ਅੱਛਾ ਜੀ, ਤੇ ਦੂਸਰਾ ਹੈਗਾ ਸਵੇਰੇ ਆਉਣ ਵੇਲੇ
ਵੱਧ ਟਾਈਮ ਲੱਗਦਾ ਹੈ, ਫਿਰ ਸਾਨੂੰ ਸਨੇਹਾ ਇਹ ਸਾਰਾ ਕਾਰਜ ਕਰਨਾ ਪੈਂਦਾ, ਰੋਟੀ ਪਾਣੀ ਦੀ ਸਾਡੀ ਤਿਆਰੀ ਦੀ ਮੁਸ਼ਕਲ ਆਉਂਦੀਆਂ ਨੇ। ਦੂਸਰਾ ਇੰਡਸਟਰੀ ਵਾਲੇ ਵੀ ਕਹਿੰਦੇ ਸੀ ਵੀ ਉਹ ਸਾਡੇ ਵੀ ਮਤਲਬ ਜਿਹੜਾ ਇਸ ਕਰਕੇ ਦਿੱਕਤ ਕਰਕੇ ਮਜ਼ਦੂਰ ਆ ਜਿਹੜੇ ਘੱਟ ਰਹੇ ਨੇ ਤੇ ਸਾਨੂੰ ਕਾਫੀ ਤਕਲੀਫਾਂ ਆ ਰਹੀਆਂ, ਸੋ ਇਸ ਕਰਕੇ ਵੀ ਅਸੀਂ ਹੁਣ ਤੁਹਾਡੇ ਨਾਲ ਆ ਜਿਵੇਂ ਤੁਸੀਂ ਕਹੋਗੇ ਉਵੇਂ ਹੀ ਆ, ਪਰ ਸਾਡੀ ਅਪੀਲ ਆ। ਫਿਰ ਅਸੀਂ ਲੰਬੇ ਸਮੇਂ ਤੋਂ ਇਹ ਵਿਚਾਰ ਕਰਦੇ ਆਏ, ਹੁਣ ਸਾਨੂੰ ਆਉਣ ਲੱਗਿਆ ਵੀ ਦੀਵਾਲੀ ਦਾ ਤਿਉਹਾਰ ਵੀ ਹੋ ਗਿਆ ਤੇ ਹੋਰ ਵੀ ਮਸਲੇ ਹੋ ਗਏ, ਤੇ ਵਾਰ ਵਾਰ ਫਿਰ ਉਹਨਾਂ ਦੀਆਂ ਜਿਹੜੀਆਂ ਅਪੀਲਾਂ ਅੱਜ ਵੀ ਮਤਲਬ ਇੰਡਸਟਰੀ ਵਾਲੇ ਸਾਰੇ ਆਏ ਹੋਏ ਸੀ ਉਹ, ਜੀ ਤੇ ਇਸ ਕਰਕੇ ਉਹਨਾਂ ਦੀ ਤਕਲੀਫ ਨੂੰ ਦੇਖਦੇ ਹੋਏ ਅਸੀਂ ਉਹਨਾਂ ਨੂੰ ਇਹ 5 ਫੁੱਟ ਦਾ ਰਸਤਾ ਦਿੱਤਾ ਹੈ, 2 ਵੀਲਰਸ ਐਂਡ ਪੈਦਲ ਚੱਲਣਾ। ਤਾਂ ਇੰਡਸਟਰੀਆਂ ਤੇ ਜਿਹੜੇ ਲੇਬਰ ਵਾਲੇ ਹੈਗੇ ਉਹਨਾਂ ਨੇ ਕਿਸਾਨ ਜਥੇਬੰਦੀਆਂ ਤੱਕ ਪਹੁੰਚ ਕੀਤੀ ਹੈ, ਟਿੱਕਰੀ ਵਾਲੀਆਂ ਤੱਕ ਵੀ ਇਹ ਰਾਹ ਖੋਲਿਆ ਜਾਵੇ। ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਅੱਛਾ ਜੀ, ਹਾਂ ਕਈ ਵਾਰ ਕੀਤੀ ਹੈ ਲਗਾਤਾਰ, ਹੁਣ ਤਾਂ 1 ਹਫ਼ਤੇ ਤੋਂ ਲਗਾਤਾਰ ਹੀ ਕਰ ਰਹੇ ਸੀ। ਅੱਛਾ, ਤੇ ਜੇ ਬੁੱਕ ਸਿੰਘ ਜੀ ਰਸਤਾ ਕੱਲ ਨੂੰ ਪੁਲਿਸ ਜ਼ਿਆਦਾ ਖੋਲ ਦਿੰਦੀ ਹੈ, ਜਿਸ ਤਰ੍ਹਾਂ ਪਰਸੋਂ ਘਟਨਾ ਵਾਪਰੀ ਹੈ ਬਹੁਤ ਦਰਦਨਾਕ, 3 ਜਿਹੜੀਆਂ ਮੌਤਾਂ ਹੋਈਆਂ ਨੇ ਔਰ ਨਾਲ ਇੱਕ ਜ਼ਖਮੀ ਵੀ ਮਾਤਾ ਹੋਈ ਹੈ, ਹੋਰ ਵੀ ਸੱਟਾਂ ਹੋਰ ਵੀ ਕਈਆਂ ਕਿਸਾਨਾਂ ਦੇ ਲੱਗੀਆਂ, ਤਾਂ ਉਹਦਾ ਕੀ ਤੁਹਾਨੂੰ ਖਦਸ਼ਾ ਹੈ? ਜਿੱਦਾਂ ਕਿਉਂਕਿ ਆਮ ਜਿਹੜੇ ਕਿਸਾਨ ਉੱਥੇ ਬਾਰਡਰਾਂ ਤੇ ਬੈਠੇ ਆ, ਜਾਂ ਕੁਝ ਸਮਾਂ ਪਹਿਲਾਂ ਅਸੀਂ ਕੁਝ ਆਮ ਨੌਜਵਾਨਾਂ ਦੀਆਂ ਵੀਡੀਓਜ਼ ਦੇਖੀਆਂ, ਉਹ ਕਹਿੰਦੇ ਵੀ ਸ਼ਾਇਦ ਇਹ ਰਸਤਾ ਰਾਤ ਬਰਾਤੇ ਜਾਂ ਵੱਧ ਨਾ ਪੁਲਿਸ ਖੋਲ ਦੇਵੇ ਤਾਂ ਫਿਰ ਉਸ ਤਰ੍ਹਾਂ ਦੇ ਹਾਦਸੇ ਹੋਣਗੇ, ਉਹਦੇ 'ਚ ਕੋਈ ਗੱਲ ਨੂੰ ਆਪਾਂ ਝੁਠਲਾ ਵੀ ਨਹੀਂ ਸਕਦੇ, ਜੇ ਲਾਂਘਾ ਸਰੇਆਮ ਖੁੱਲਦਾ ਤਾਂ ਵੱਡੇ ਵਹੀਕਲ ਟਰੱਕ ਟਿੱਪਰ ਤੇਜ਼ ਟੱਪਣਗੇ ਤਾਂ ਹਾਦਸੇ ਤਾਂ ਹੋ ਸਕਦੇ ਆ। ਇਹ ਸਾਰਾ ਕੁਝ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਇਸੇ ਕਰਕੇ 5 ਫੁੱਟ ਤੇ ਦਾ ਰਸਤਾ ਖੋਲਿਆ ਤੇ 2 ਵੀਲਰ ਤੇ ਪੈਦਲ ਵਾਸਤੇ। ਬਾਕੀ ਉਹ ਹੈਗਾ ਵੀ ਰਾਤ ਨੂੰ 8 ਵਜੇ ਬੰਦ ਹੋਣਾ, ਸਵੇਰੇ 7 ਵਜੇ ਖੁੱਲਣਾ, ਰਾਤ ਨੂੰ ਬੰਦ ਰਹੇਗਾ। ਅੱਛਾ, ਇਹ ਬੰਦ ਪੁਲਿਸ ਕਰੂਗੀ ਜਾਂ ਕਿਸਾਨ ਕਰਨਗੇ? ਪੁਲਿਸ ਬੰਦ ਕਰੇਗੀ, ਆਪਣੀ ਸਾਈਡ ਤੇ ਪੁਲਿਸ ਬੰਦ ਕਰੇਗੀ, ਜਿਹੜਾ ਕਿਸਾਨਾਂ ਵਾਲਾ ਸਾਡਾ ਬੈਰੀਕੇਡ ਹੈ ਉਹ ਅਸੀਂ ਬੰਦ ਕਰਦੇ ਹਾਂ। ਅੱਛਾ, ਤੇ ਇਹ ਜਿਹੜਾ ਰਸਤਾ ਹੈਗਾ ਜੀ, ਹਰਿਆਣੇ ਤੋਂ ਦਿੱਲੀ ਵੱਲ ਲੋਕ ਜਾ ਸਕਦੇ ਆ ਜਾਂ ਦਿੱਲੀ ਤੋਂ ਬਾਹਰ ਨੂੰ ਆਉਣ ਵਾਲੇ ਵਾਸਤੇ ਵੀ ਰਸਤਾ ਖੁੱਲ੍ਹਿਆ ਹੈਗਾ? ਪਹਿਲਾਂ ਜਿਹੜਾ ਦਿੱਲੀ ਪੁਲਿਸ ਤਾਂ ਉਹੀ ਕਹਿੰਦੀ ਸੀ, ਕੱਲ੍ਹ ਟੱਸ ਨੇ ਇਸੇ ਗੱਲ ਤੇ ਸਾਡੀ ਅੜਕੀ ਜੀ ਕਿ ਦੋਨੇ ਪਾਸੇ ਜਿਹੜਾ ਪ੍ਰਸ਼ਾਸਨ, ਹਰਿਆਣਾ ਦਾ ਪ੍ਰਸ਼ਾਸਨ ਤੇ ਦਿੱਲੀ ਦਾ ਪ੍ਰਸ਼ਾਸਨ ਦੇ ਵਿੱਚ ਇਹ ਗੱਲ ਦੀ ਟੱਸ ਹੋ ਗਈ ਸੀ, ਕਿ ਦਿੱਲੀ ਵਾਲੇ ਤਾਂ ਕਹਿੰਦੇ ਸਿਰਫ ਅਸੀਂ ਆਉਣ ਆਉਣ ਦੇ ਦਿੱਲੀ ਤੋਂ ਹਰਿਆਣੇ ਨੂੰ ਆਉਣ ਨਹੀਂ ਕਰਾਂਗੇ, ਹਰਿਆਣੇ ਵਾਲੇ ਕਹਿੰਦੇ ਸੀ ਅਸੀਂ ਉਧਰੋਂ ਕਰਾਂਗੇ। ਤਾਂ ਫਿਰ ਅਸੀਂ ਉਹ ਕੱਲ ਥੋੜਾ ਡੈਡਲੌਕ ਹੋਣ ਤੋਂ ਬਾਅਦ ਅੱਜ ਫਿਰ ਮੀਟਿੰਗ 'ਚ ਵਿਚਾਰ ਕੀਤੀ ਵੀ ਸਾਨੂੰ ਤਾਂ ਮਜ਼ਦੂਰ ਜੇ ਉਧਰੋਂ ਆਊਗਾ ਤਾਂ ਜਾਣ ਜਾਊਗਾ ਕਿੱਧਰ ਦੀ, ਫਿਰ ਜਾਣ ਵੇਲੇ ਤਾਂ ਉਹਨੂੰ ਹੋਰ ਵੀ ਤਕਲੀਫ ਹੋ, ਜਦੋਂ ਥੱਕਿਆ ਆ ਰਿਹਾ ਹੋਇਆ ਸਵੇਰੇ ਤਾਂ ਚਲੋ ਫਰੈਸ਼ ਹੁੰਦਾ ਆਉਣ ਵੇਲੇ ਤਾਂ, ਤੇ ਇਸ ਕਰਕੇ ਅਸੀਂ ਉਹ ਕਹਿਦਾ ਵੀ ਦੋਨੇ ਪਾਸੇ ਆਉਣ ਜਾਣ ਖੁੱਲੂਗਾ। ਅੱਛਾ, ਦੋਨੇ ਪਾਸੇ ਖੁੱਲੂਗਾ। ਹਾਂ ਜੀ, ਤਾਂ ਇਹ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹ 5 ਫੁੱਟ ਨੂੰ, ਜਿੱਦਾਂ ਹੁਣ ਮੰਨ ਲਓ ਇੰਡਸਟਰੀਆਂ ਨੇ ਜਾਂ ਲੇਬਰ ਨੇ ਮੰਗ ਕੀਤੀ ਆ ਵੀ ਸਾਨੂੰ ਪੈਦਲ ਰਾਹ ਦਿਓ ਜਾਂ 2 ਵੀਲਰ ਜਿਹੜਾ 2 ਪਹੀਆ ਵਾਹਨ ਉਹਨਾਂ ਨੂੰ ਰਾਹ ਦਿਓ, ਤਾਂ ਕੱਲ੍ਹ ਨੂੰ ਉਹਨਾਂ ਦੀਆਂ ਚੀਜ਼ਾਂ, ਕੋਈ ਵੱਡਾ ਮਾਲ ਆਉਣਾ ਕਿਸੇ ਦਾ, ਕੋਈ ਦੁਕਾਨਦਾਰਾਂ ਦਾ ਆਉਣਾ, ਉੱਥੇ ਪੂਰੀ ਦੀ ਪੂਰੀ ਮਾਰਕੀਟ ਹੈ, ਤਾਂ ਉਹਨਾਂ ਦੇ ਕਹਿਣ 'ਤੇ ਕੀ ਇਹ ਲਾਂਘਾ ਵੱਡੇ ਵਹੀਕਲਾਂ ਵਾਸਤੇ ਵੀ ਖੋਲ੍ਹਣ ਦੀ ਕੋਈ ਵਿਉਂਤ ਕੀਤੀ ਜਾ ਸਕਦੀ ਕਿਸਾਨ ਲੀਡਰ ਵੱਲੋਂ? ਹਜੇ ਤੱਕ ਕੋਈ ਵਿਉਂਤਬੰਦੀ ਨਹੀਂ ਹੈ ਜੀ, ਉਹ ਸਾਰਾ ਇੰਡਸਟਰੀ ਵਾਲਿਆਂ ਨੇ ਵੀ ਪ੍ਰਸ਼ਾਸਨ ਨੇ ਵੀ ਮੰਨਿਆ ਵੀ ਜਿਹੜਾ ਕਮਰਸ਼ੀਅਲ ਵਹੀਕਲ ਹੈ, ਹੈਵੀ ਵਹੀਕਲ ਹੈ, ਉਹ ਕੋਈ ਨਹੀਂ ਆਊਗਾ। ਜੇ 3 ਵੀਲਰ ਦੇ ਵਿੱਚ ਵੀ ਆਪਣਾ ਜਿਹੜਾ ਹੈਗਾ ਟ੍ਰਾਂਸਫਰ ਹੋਣਗੇ ਉਧਰਲੇ ਉਧਰ ਉਤਰ ਕੇ, ਉਧਰ ਪੈਦਲ ਜਾ ਕੇ ਉਧਰਲੇ 3 ਵੀਲਰ ਤੇ ਚੜ੍ਹਣਗੇ, ਉਧਰ ਉਧਰ ਉਤਰ ਕੇ ਦੂਜੇ ਪਾਸੇ ਪੈਦਲ ਆ ਕੇ 3 ਵੀਲਰ ਤੇ ਚੜ੍ਹਣਗੇ ਜੀ। ਤਾਂ ਅਜੇ ਮਤਲਬ ਵੱਡੇ ਵਹੀਕਲਾਂ ਬਾਰੇ ਜਿਹੜੀ ਹੈ ਖੁੱਲ੍ਹ ਉਹ ਨਹੀਂ ਹੈ? ਉਹ ਸਾਰੀਆਂ ਤਰ੍ਹਾਂ 'ਚ ਸਹਿਮਤੀ ਹੈ, ਇੰਡਸਟਰੀ ਵਾਲਿਆਂ 'ਚ ਵੀ ਸਹਿਮਤੀ ਹੈ, ਪ੍ਰਸ਼ਾਸਨ 'ਚ ਵੀ ਸਹਿਮਤੀ ਹੈ, ਦਿੱਲੀ ਵਾਲਿਆਂ 'ਚ ਵੀ ਸਹਿਮਤੀ ਹੈ, ਹਰਿਆਣੇ ਵਾਲਿਆਂ 'ਚ ਵੀ ਸਹਿਮਤੀ ਹੈ ਕਿ ਜਿਹੜੇ ਕਮਰਸ਼ੀਅਲ ਵਹੀਕਲ ਨਹੀਂ ਲਿਆ ਜਾਣਗੇ, ਕਿਉਂਕਿ ਉਹ ਵੀ ਇਸ ਗੱਲ ਨੂੰ ਸਮਝਦੇ ਨੇ ਕਿ ਜਿਹੜਾ ਮਤਲਬ ਇਹਦੇ ਨਾਲ ਕੋਈ ਵੱਡੇ ਹਾਦਸੇ ਵਾਪਰ ਸਕਦੇ ਨੇ, ਕੋਈ ਨੁਕਸਾਨ ਹੋ ਸਕਦਾ। ਅਸੀਂ ਉਹਨਾਂ ਨੂੰ ਇਹ ਕਿਹਾ ਸੀ ਵੀ ਇਹਦੀ ਰਿਸਪੋਂਸੀਬਿਲਟੀ ਫਿਰ ਕੌਣ ਲੈਂਦਾ, ਪਹਿਲਾਂ ਲਿਖਤੀ ਰੂਪ ਸਾਨੂੰ ਰਿਸਪੋਂਸੀਬਿਲਟੀ ਦਿਓ, ਉਹ ਤੋਂ ਫਿਰ ਉਹ ਪਿੱਛੇ ਹਟ ਗਏ ਜੀ। ਤਾਂ ਹੁਣ ਜਿਹੜਾ ਇਹ ਹੁਣ 2 ਪਹੀਆ ਵਾਹਨ ਆ, ਇਹ ਵੀ ਤਾਂ ਤੇਜ਼ ਲੰਘਦੇ, ਕੀ ਇਹਦੀ ਰਿਸਪੋਂਸੀਬਿਲਟੀ ਉਹਨਾਂ ਨੇ ਲਈ ਹੈ? ਕਿਉਂਕਿ ਕਿਸਾਨ ਸੜਕਾਂ ਤੇ ਬੈਠੇ ਆ, ਨਹਾਉਂਦੇ ਵੀ ਸੜਕ ਤੇ ਆ, ਖਾਂਦੇ ਵੀ ਸੜਕ ਤੇ ਆ, ਉਹ ਸੌਂਦੇ ਵੀ ਸੜਕ ਤੇ ਆ, ਪ੍ਰਦਰਸ਼ਨ ਵੀ ਸੜਕ ਤੇ ਕਰਦੇ ਆ, ਤਾਂ ਕੀ ਜੇ ਕੋਈ ਹੁਣ 2 ਪਹੀਆ ਵਾਹਨ ਦੇ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਹਦੀ ਕੀ ਜ਼ਿੰਮੇਵਾਰੀ ਉਹਨਾਂ ਨੇ ਲਈ ਹੈਗੀ ਹੈ? ਜਿੱਦਾਂ ਤੁਸੀਂ ਕਿਹਾ ਵੀ 4 ਪਹੀਆ ਵਾਹਨ ਦੀ ਉਹਨਾਂ ਨੇ ਨਹੀਂ ਲਈ ਵੱਡੀ ਵਹੀਕਲ। ਇਹ ਸਾਡੀ ਮਿਊਚੁਅਲ ਅੰਡਰਸਟੈਂਡਿੰਗ ਹੋ ਗਈ ਵੀ 2 ਪਹੀਆ ਵਾਹਨ ਆ ਜਿਹੜਾ ਉਹ ਐਡੀ ਜ਼ਿਆਦਾ ਮਤਲਬ ਨੁਕਸਾਨ ਦੇਣੀ ਆ, ਕਿਉਂਕਿ ਬਹੁਤ ਥੋੜੀ ਜਗ੍ਹਾ ਵਿੱਚ ਦੀ ਲੰਘ ਜਾਂਦਾ ਹੈ, ਤੇ ਜੇ ਕੋਈ ਹੁਣ ਜ਼ਿਆਦਾ ਹੀ ਮਤਲਬ ਕੋਈ ਲਾਪਰਵਾਹੀ ਵਰਤੂਗਾ ਤਾਂ ਫਿਰ ਉਹ ਜ਼ਿੰਮੇਵਾਰ ਹੋਊਗੀ, ਖੁਦ ਵੀ ਹੋਊਗਾ ਨਾ ਜੀ। ਜੀ, ਤਾਂ ਇੱਕ ਥੋੜ੍ਹਾ ਜਿਹਾ ਮੈਂ ਹੋਰ ਪੁੱਛਣਾ ਚਾਹੁੰਦਾ ਬੁੱਕ ਸਿੰਘ ਜੀ, ਜਿੱਦਾਂ ਅਦਾਲਤ ਦਾ ਵੀ ਅਜੇ ਆਰਡਰ ਜਿਹੜਾ ਹੈਗਾ ਆਉਣਾ, ਫਾਈਨਲ ਹੁਕਮ ਜਿਹੜਾ ਫੈਸਲਾ ਤੇ ਆਉਣਾ, ਵੈਸੇ ਚਰਚਾ ਹੋਈ ਸੀ ਵੀ ਕਿਸਾਨ ਸੰਘਰਸ਼ ਕਰ ਸਕਦੇ ਆ ਪਰ ਸੜਕਾਂ ਜਾਮ ਨਹੀਂ ਕਰ ਸਕਦੇ, ਤਾਂ ਕੀ ਇਹ ਉਸ ਆਰਡਰ ਨੂੰ ਲੈ ਕੇ ਹੀ ਇਹ ਫੈਸਲਾ ਅਸੀਂ ਕਹਿ ਸਕਦੇ ਹਾਂ ਵੀ ਥੋੜ੍ਹਾ ਜਿਹਾ ਰਾਹ ਖੋਲਤਾ? ਕਿਉਂਕਿ ਕਿਸਾਨ ਤਾਂ ਪਹਿਲਾਂ ਵੀ ਕਹਿੰਦੇ ਸੀ ਬਾਰਡਰ ਅਸੀਂ ਨਹੀਂ ਬੰਦ ਕੀਤੇ, ਪੁਲਿਸ ਨੇ ਬੰਦ ਕੀਤੇ, ਪਰ ਉਹ ਬੰਦ ਸੀ ਤਾਂ ਕਿਸਾਨਾਂ ਦਾ ਸ਼ਾਇਦ ਫਾਇਦਾ ਹੀ ਹੈ, ਕਿਉਂਕਿ ਬਾਰਡਰ ਖੁੱਲ੍ਹ ਜਾਣਗੇ ਤਾਂ ਵੱਡੇ ਵਹੀਕਲ ਟੱਪਣਗੇ, ਤਾਂ ਹਾਦਸਾ ਇੱਕ ਤਾਂ ਅਸੀਂ ਦੇਖ ਲਿਆ ਜਿਹੜਾ ਕਦੇ ਨਾ ਭੁੱਲਣ ਯੋਗ ਹੈ, ਇਸ ਤਰ੍ਹਾਂ ਦੇ ਹੋਰ ਹੋ ਸਕਦੇ ਆ। ਦੇਖੋ
ਫਿਰ ਜਿਹੜੀ ਉਹਨਾਂ ਦੀ ਅਪੀਲ ਸੀ ਸਾਨੂੰ ਉਹ ਵੀ ਮੰਨਣੀ ਪੈਣੀ ਹੈ, ਜਿਹੜਾ ਸੱਚੋਗਾ ਸਾਡਾ ਪਾਰਟ ਨੇ, ਇਸ ਜੀ ਕਰਕੇ ਕੀਤਾ ਗਿਆ। ਬਾਕੀ ਇਹ ਹੈਗਾ ਵੀ 6 ਤਰੀਕ ਨੂੰ ਜਿਹੜਾ ਹੈਗਾ ਸਾਡੀ ਐਸਕੇਐਮ ਦੀ ਮੀਟਿੰਗ ਹੋ ਰਹੀ ਹੈ, ਉਹਦੇ ਵਿੱਚ ਵੀ ਇਹ ਮੁੱਦਾ ਗੰਭੀਰਤਾ ਨਾਲ ਵਿਚਾਰਿਆ ਜਾਏਗਾ, ਸਾਰੇ ਵਾਟਰਾਂ ਲਈ ਰਣਨੀਤੀ ਤੈਅ ਕੀਤੀ ਜਾਵੇਗੀ, ਜੋ ਰਣਨੀਤੀ ਬਣੇਗੀ ਉਹ ਸਾਰੇ ਵਾਟਰਾਂ ਲਈ ਬਰਾਬਰੀ ਬਣੇ। ਜੀ, ਤਾਂ ਜਿਹੜਾ ਇਹ 5 ਫੁੱਟ ਵਾਲਾ ਲਾਂਘਾ ਖੋਲਣ ਦਾ ਇਸ ਐਸਕੇਐਮ ਦਾ ਫੈਸਲਾ ਜਾਂ ਕੁਝ ਉੱਥੇ ਟਿੱਕਰੀ ਤੇ ਬੈਠੀਆਂ ਜਥੇਬੰਦੀਆਂ ਦਾ ਨਿੱਜੀ ਹੈ? ਟਿੱਕਰੀ ਟਿੱਕਰੀ ਦੀਆਂ ਜਥੇਬੰਦੀਆਂ ਦਾ ਜੀ, ਉਹਨਾਂ 'ਚ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਕੁਝ ਖਾਸ ਦੱਸ ਸਕਦੇ ਹੋ? ਤੁਸੀਂ ਹੋਗੇ, ਹੋਰ ਕਿਹੜੀ ਜਥੇਬੰਦੀ ਸੀ ਉੱਥੇ? ਉਹਨਾਂ 'ਚੋਂ ਜਿਹੜੀਆਂ ਦੁਆਬੇ ਮਾਝੇ ਵਾਲੀਆਂ ਸੰਘਰਸ਼ ਕਮੇਟੀਆਂ ਨੇ ਉਹ ਨਹੀਂ ਹੈਗੀਆਂ ਇੱਥੇ ਆਪਣੇ ਬੰਨੀ, ਜੀ ਬਾਕੀ ਜਿਹੜੀਆਂ ਨਾਮਵਰ ਜਥੇਬੰਦੀਆਂ ਨੇ ਉਹ ਸਾਰੀਆਂ ਲਗਭਗ ਮਾਲਵੇ ਦੀਆਂ ਇੱਥੇ ਨੇ। ਜਥੇਬੰਦੀਆਂ ਜ਼ਿਆਦਾ ਹੈਗੀਆਂ? ਹਾਂ ਹਾਂ ਮਾਲਵੇ ਦੀਆਂ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ ਤੁਹਾਡਾ। ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ, ਮੋਰਚਿਆਂ ਦੇ ਉੱਤੇ ਹੋਈ ਹਿਲਜੁਲ ਜਿਹੜੀ ਹੈ ਕਿਸਾਨ ਮੋਰਚੇ ਨੂੰ ਨੁਕਸਾਨ ਕਰਨ ਦੀ ਕੋਸ਼ਿਸ਼ ਹੈ। ਬੀਤੀ ਰਾਤ ਟਿੱਕਰੀ ਬਾਰਡਰ ਦੇ ਉੱਤੇ ਕਿਸਾਨ ਬਨਾਮ ਪੁਲਿਸ ਬਣਿਆ ਮਾਹੌਲ ਕੀ ਮਾਇਨੇ ਰੱਖਦਾ ਹੈ, ਇਹ ਵੀ ਵੱਡੀ ਗੱਲ ਕਹੀ ਜਾ ਸਕਦੀ ਹੈ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, ਜੇ ਬਾਰਡਰ ਖੁੱਲ੍ਹਣਗੇ ਤਾਂ ਸਾਡੇ ਕੋਲ ਇਸ ਚੀਜ਼ ਦਾ ਬਦਲ ਵੀ ਹੈ। ਰਾਜੇਵਾਲ ਦਾ ਕੀ ਕਹਿਣਾ, ਆਓ ਸੁਣਦੇ ਹਾਂ। ਦਿੱਲੀ ਬਾਰਡਰ ਦੇ ਉੱਤੇ ਵੱਖ ਵੱਖ ਨਾਕਿਆਂ ਉੱਤੇ ਬੈਠੇ ਕਿਸਾਨ ਭੈਣੋ ਤੇ ਭਰਾਵੋ, ਦਿੱਲੀ ਸਰਕਾਰ ਦਿੱਲੀ ਦੇ ਬਾਰਡਰ ਤੇ ਜੋ ਰੋਕਾਂ ਲਾਈਆਂ ਸੀ ਉਹਨਾਂ ਨੂੰ ਹਟਾ ਰਹੀ ਹੈ, ਬਾਰਡਰ ਨੂੰ ਖੋਲ ਰਹੀ ਹੈ, ਤੇ ਸਾਡੇ ਕਿਸਾਨ ਭਰਾਵਾਂ ਵਿੱਚ ਕਈ ਵਾਰ ਇਸ ਤੋਂ ਚਿੰਤਾ ਪੈਦਾ ਹੁੰਦੀ ਹੈ, ਜਿਸ ਤਰ੍ਹਾਂ ਕੱਲ ਰਾਤੀ ਟਿੱਕਰੀ ਬਾਰਡਰ ਤੇ ਹੋਇਆ। ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਵੀ ਸਰਕਾਰ ਬੁਖਲਾ ਚੁੱਕੀ ਹੈ, ਉਹ ਸੁਪਰੀਮ ਕੋਰਟ ਵਿੱਚ ਇਹ ਕਹਿਣਾ ਚਾਹੁੰਦੀ ਹੈ ਕਿ ਅਸੀਂ ਤਾਂ ਬਾਰਡਰ ਖੋਲ ਦਿੱਤੇ, ਕਿਸਾਨ ਨਹੀਂ ਖੋਲ ਰਹੇ। ਸਾਨੂੰ ਇਸ ਲਈ ਖਤਰਾ ਇੱਕੋ ਹੈ, ਇਸ ਨਾਲ ਵੱਡਾ ਜੋ ਵੱਡਾ ਟ੍ਰੈਫਿਕ ਚੱਲੇਗਾ ਉਸ ਨਾਲ ਹਾਦਸੇ ਹੋਣਗੇ, ਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਇਹ ਉਹ ਸਮਾਂ ਹੈ ਜਦੋਂ ਮੋਦੀ ਸਰਕਾਰ ਨੂੰ ਸਾਰੀ ਦੁਨੀਆ ਵਿੱਚੋਂ ਲਾਹਨਤਾਂ ਪੈ ਰਹੀਆਂ ਹਨ, ਤੁਹਾਡਾ ਮੋਰਚਾ ਸਿਖਰ ਤੇ ਗਿਆ ਹੋਇਆ ਹੈ, ਇਸ ਲਈ ਸਾਰੇ ਸ਼ਾਂਤ ਰਹੋ, ਡਿਸਿਪਲਿਨ ਵਿੱਚ ਰਹੋ, ਤੁਹਾਡਾ ਕੋਈ ਕੁਝ ਵਿਗਾੜ ਨਹੀਂ ਸਕਦਾ, ਸਾਡੇ ਕੋਲ ਬਹੁਤ ਸਾਰੇ ਸ਼ਾਂਤਮਈ ਢੰਗ ਤਰੀਕੇ ਹਨ ਜਿਸ ਨਾਲ ਅਸੀਂ ਇਸ ਸਮੱਸਿਆ ਉੱਤੇ ਵੀ ਕਾਬੂ ਪਾ ਸਕਦੇ ਹਾਂ। ਇਸ ਲਈ ਮੇਰੀ ਤੁਹਾਨੂੰ ਬਾਰ ਬਾਰ ਸਾਰੇ ਭਰਾਵਾਂ ਨੂੰ ਅਪੀਲ ਹੈ ਕਿ ਜੋਸ਼ ਦੇ ਨਾਲ ਹੋਸ਼ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ, ਸ਼ਾਂਤਮਈ ਰਹਿਣਾ ਬਹੁਤ ਜ਼ਰੂਰੀ ਹੈ, ਇਹੀ ਤੁਹਾਡੇ ਮੋਰਚੇ ਦੀ ਜਿੱਤ ਲਈ ਸਭ ਤੋਂ ਵੱਡਾ ਹਥਿਆਰ ਸਾਬਤ ਹੋਵੇਗਾ। ਬਹੁਤ ਬਹੁਤ ਧੰਨਵਾਦ। ਇੱਕ ਪਾਸੇ ਭਾਰਤੀ ਸੁਪਰੀਮ ਕੋਰਟ ਦਾ ਪਿਛਲੇ ਦਿਨੀ ਕਿਸਾਨ ਸੰਘਰਸ਼ ਦੇ ਬਾਰੇ ਅਜਿਹਾ ਟਿੱਪਣੀ, ਅਜਿਹਾ ਸ਼ਬਦ, ਅਜਿਹਾ ਬਿਆਨ ਕਿ ਕਿਸਾਨਾਂ ਨੂੰ ਅੰਦੋਲਨ ਕਰਨ ਦਾ ਤਾਂ ਅਧਿਕਾਰ ਹੈ ਪਰ ਸੜਕਾਂ ਰੋਕਣ ਦਾ ਨਹੀਂ, ਅਣਮਿੱਥੇ ਸਮੇਂ ਦੇ ਲਈ ਸੜਕਾਂ ਰੋਕਣੀਆਂ ਜਾਂ ਸੜਕਾਂ ਦੇ ਉੱਤੇ ਡਟੇ ਰਹਿਣਾ ਕਿਸਾਨਾਂ ਦੇ ਕੋਲ ਅਧਿਕਾਰ ਨਹੀਂ। ਉਸ ਤੋਂ ਬਾਅਦ ਲਗਾਤਾਰ ਸਿਆਸਤ ਵੀ ਭਖਦੀ ਜਾ ਰਹੀ ਹੈ। ਬਹੁਤ ਸਾਰੇ ਕਿਸਾਨ ਲੀਡਰ ਸੁਪਰੀਮ ਕੋਰਟ ਦੇ ਇਸ ਟਿੱਪਣੀ ਦੇ ਉੱਤੇ ਬਿਲਕੁਲ ਆਪਣੀ ਸਹਿਮਤੀ ਜਤਾਉਂਦੇ ਨੇ ਕਿਉਂਕਿ ਪਿਛਲੇ ਦਿਨੀ ਗਾਜ਼ੀਪੁਰ ਬਾਰਡਰ ਦੇ ਉੱਤੇ ਕਿਸਾਨ ਆਗੂ ਰਾਕੇਸ਼ ਟਕੈਤ ਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਹਦੇ ਵਿੱਚ ਰਾਕੇਸ਼ ਟਕੈਤ ਖੁਦ ਬੈਰੀਕੇਡ ਹਟਾਉਂਦੇ ਨਜ਼ਰ ਆ ਰਹੇ ਸੀ। ਬੈਰੀਕੇਡ ਹਟਾਉਣ ਤੋਂ ਬਾਅਦ ਨਾਲ ਨਾਲ ਉਹ ਕਹਿ ਰਹੇ ਸੀ ਕਿ ਅਸੀਂ ਦਿੱਲੀ ਜਾਵਾਂਗੇ ਅਤੇ ਉਸ ਤੋਂ ਬਾਅਦ ਰਾਕੇਸ਼ ਟਕੈਤ ਨੇ ਟਵੀਟ ਕੀਤਾ ਕਿ ਸੁਪਰੀਮ ਕੋਰਟ ਦਾ ਕਹਿਣਾ ਹੈ ਬਾਰਡਰ ਖੋਲ੍ਹ ਦਿੱਤੇ ਜਾਣ, ਕਿਸਾਨ ਬਾਰਡਰਾਂ ਦੇ ਉੱਤੇ ਨਹੀਂ ਬੈਠ ਸਕਦੇ, ਪਰ ਬਾਰਡਰ ਅਸੀਂ ਨਹੀਂ ਮੱਲੇ ਹੋਏ, ਇਹ ਤਾਂ ਪੁਲਿਸ ਦੁਆਰਾ ਬੈਰੀਕੇਡ ਲਾ ਕੇ ਲਾਂਘਾ ਬੰਦ ਕੀਤਾ ਗਿਆ। ਛੱਬੀ ਨਵੰਬਰ 2020 ਜਦੋਂ ਹਰਿਆਣਾ ਪੰਜਾਬ ਸਭ ਤੋਂ ਪਹਿਲਾਂ ਦਿੱਲੀ ਵੱਲ ਨੂੰ ਕੂਚ ਕੀਤਾ ਤਾਂ ਦਿੱਲੀ ਸਰਕਾਰ ਨੇ, ਭਾਰਤ ਸਰਕਾਰ ਨੇ ਕੋਸ਼ਿਸ਼ ਕੀਤੀ ਕਿਸਾਨ ਦਿੱਲੀ ਦੇ ਵਿੱਚ ਨਾ ਜਾਣ, ਬਲਕਿ ਕੁਝ ਸਮਾਂ ਝੜਪਾਂ ਹੋਣ ਤੋਂ ਬਾਅਦ ਭਾਰਤੀ ਸਰਕਾਰ ਨੇ ਇਹ ਗੱਲ ਦੇ ਉੱਤੇ ਸਹਿਮਤੀ ਦਿੱਤੀ ਕਿ ਕਿਸਾਨ ਜਿਹੜੇ ਹੈ ਰਾਮਲੀਲਾ ਗਰਾਊਂਡ, ਬਰਾਰੀ ਗਰਾਊਂਡ ਆਦਿਕ ਥਾਵਾਂ 'ਤੇ ਜਾ ਸਕਦੇ ਨੇ। ਭਾਰਤੀਆਂ ਬਹੁਤ ਸਾਰੀਆਂ ਨਾਮਵਰ ਸਿਆਸੀ ਪਾਰਟੀਆਂ ਨੇ ਬੁਰਾਰੀ ਗਰਾਊਂਡ ਦੇ ਵਿੱਚ ਕਿਸਾਨਾਂ ਦੇ ਵਾਸਤੇ ਕਈ ਤਰ੍ਹਾਂ ਦੇ ਵੱਡੇ ਪ੍ਰਬੰਧ ਕੀਤੇ। ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਸਰਕਾਰ ਹੈ ਜੋ ਕਿ ਕਿਸਾਨਾਂ ਦੇ ਹਮਾਇਤੀ ਹੋਣ ਦਾ ਦਾਅਵਾ ਕਰਦੀ ਹੈ। ਆਮ ਆਦਮੀ ਪਾਰਟੀ ਨੇ ਕਿਸਾਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਖਾਣ ਪੀਣ ਦੇ ਪ੍ਰਬੰਧ, ਰਹਿਣ ਦੇ ਪ੍ਰਬੰਧ, ਸੌਣ ਦੇ ਪ੍ਰਬੰਧ ਆਦਿਕ ਕਰ ਦਿੱਤੇ। ਅਕਾਲੀ ਦਲ, ਦਿੱਲੀ ਇਕਾਈ, ਕਾਂਗਰਸ ਪਾਰਟੀ, ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਸਾਰੀਆਂ ਸਿਆਸੀ ਪਾਰਟੀਆਂ ਨੇ ਕਿਸਾਨਾਂ ਦੀ ਆਓ ਭਗਤ ਕਰਨ ਦੇ ਲਈ ਬੁਰਾਰੀ ਗਰਾਊਂਡ ਦੇ ਵਿੱਚ ਵੱਡੇ ਪ੍ਰਬੰਧ ਕੀਤੇ, ਪਰ ਜਿਉਂ ਹੀ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਪਹੁੰਚੇ ਤਾਂ ਇੱਕ ਨਵੀਂ ਨੀਤੀ ਅਪਣਾਈ, ਜਿਹੜੀ ਨੀਤੀ ਪਹਿਲਾਂ ਤੋਂ ਕਿਸਾਨਾਂ ਦੇ ਸੰਘਰਸ਼ ਦੀ ਪਲੈਨਿੰਗ ਦੇ ਵਿੱਚ ਨਹੀਂ ਸੀ ਸ਼ਾਮਲ।
जिस वक्त दिल्ली सरकार ने भारतीय सरकार ने राजधानी के वड़न तो किसानों रोकने की कोशिश की, बैरीगेट लाए, पर किसानों ने बड़ी हिम्मत दिखाद्या होया जोश के नाल बोले सोने हाल के जिकारे छड़दिया ने टिकरी बार्डर, सिंघू बार्डर, गाजीपुर बार्डर सारे दे सारे बैरीगेट उखेड़ दिते और क्या हुण बैरीगेट पुट चुके हैं, असी दिल्ली जावांगे। पर वड्डी इत्थे बदलाव यह होया, वड्डी रणनीति दे विच बदलाव यह होया कि किसानों ने उस बुरारी ग्राउंड दे विच जाण तों मना कर दिता। कुछ ट्रालियां उस बुरारी ग्राउंड दे विच पुलिस ले जाण दे विच कामयाब हुई, किसानों ने दिल्ली नूं सारे बार्डरां तों घेरा पा लिया। 26 नवंबर, 27 नवंबर, 28 नवंबर, 29 नवंबर 3-4 अजिहियां रातां जिस वक्त ये गल स्पष्ट नहीं सी हो रही कि स्टेज कित्थे लगेगी, कौन अगवाई करेगा, किस तरह की स्टेज होएगी, मोर्चे का भविख की है, लगातार हल्कियां फुल्कियां झड़पां ते वड्डे वड्डे जिहड़े झड़पां दे मामले सामने जिहड़े आ उह सारे दे सारे बार्डरां तों आउंदे रहे। तां हुण टिकरी बार्डर जिहड़ा उह 5 फुट खुल चुका है। किसान लीडर बोध सिंह मानसा का कहना है ये सहमति हुई है वड्डे व्हीकल नहीं लंघणगे, केवल 2 पहिया वाहन लंघणगे, नाल ही जां एंबूलेंस जिहड़ी है एमरजेंसी तौर दे उत्ते उहनूं लांघा दित्ता जा सकता है। पर जे पुलिस जां कुछ होर शरारती लोग किसान संघर्ष की छेड़छाड़ दे लई, किसानां दे नुकसान दे लई वड्डे व्हीकल इस मोर्चे दे विच वार दिंदे ने तां नुकसान दा जिम्मेवार कौन होएगा। बीते 2 दिन पहला टिकरी बार्डर पकौड़ा चौंक दे कोल वापरी खूनी घटना जिंदे च पंजाब दियां 3 बजुर्ग बीबिया की दर्दनाक मौत हुई है, जे वड्डे व्हीकल किसान मोर्चे चो लंघणगे तो अजिहियां घटनावां घटन दे जिहड़े आ चांस हैगे आ बहुत ज़्यादा वध जांदे आ, क्योंकि किसान सड़कां ते बैठे है, किसान सड़कां ते सौंदे है, किसान सड़कां ते खांदे है, किसान सड़कां ते नहाउंदे है, किसान सारी दी सारी किरिया उन्हां सड़कां ते ही करदे है ते मोर्चा दिल्ली दियां उन्हां सड़कां ते लग्गिया होया है जिहड़ियां उहनूं यूपी दे नाल जोड़दियां, हरियाणे नाल जोड़दियां, होर राज्यां दे नाल जोड़दियां। जे उह बार्डर खुल जांदे है तां घटनावां वापर सकदियां ने, पर दूसरे पासे भारतीय सुप्रीम कोर्ट की स्टेटमेंट, भारतीय सुप्रीम कोर्ट की टिप्पणी कि किसानों संघर्ष करन दा, अंदोलन करन दा अधिकार है पर सड़कां मल के बैठन दा नहीं, तो जदों आने वाली 6 दिसंबर सुप्रीम कोर्ट अपना फैसला सुनाएगी, किसान इंदे तो पहला अपनी रणनीति तैयार करन दे वास्ते 6 नवंबर की मीटिंग रख चुके ने। 6 नवंबर की मीटिंग दे विच की फैसला होएगा, जो 5 फुट बार्डर टिकरी बार्डर से खोलिया गया कि इस तरह बाकी बार्डर भी खुलणगे जां नहीं खुलणगे। सब तो वध चर्चा दे विच रहा सिंघू कुंडली बार्डर, जिथे एक पासे पुलिस का मोर्चा लग्या होया, पुलिस के बैरीगेट लगे हुए हैं, दूसरे पासे निहंग सिंघां दी छावनी लगी हुई है। पुलिस ने कई बार बैरीगेट लाउण दी जां रोकण दी, क्योंकि पहला ये बैरीगेट खुले हुए सी, इन्हां बैरीगेट नूं पुलिस ने बंद किया, उत्थों दी टप्पण वाली जिहड़ी लेबर है उन्हूं कई तरह दीआं मुश्किलां दा सामना भी करना पैंदा है। तां जे उह बैरीगेट हटाए जांदे ने कि निहंग सिंघां ते पुलिस दरम्यान जिहड़ा कई वार तलखी दा माहौल बनदा रहा है, खास करके जनवरी दे विच जदों कुछ कट्टड़वादी भीड़ ने किसानां दे उत्ते पेट्रोल बंब सुट्टे, किसान संघर्ष मजदूर कमेटी दीआं बीबिया के टेंटा दे विच अग लाउण दी कोशिश की, तो निहंग सिंघां ने उस कट्टड़वादी भीड़ का सामना बहुत दलेरी दे नाल कीता सी कि सिंघू बार्डर, गाजीपुर बार्डर, टिकरी बार्डर सारे दे सारे लांघे खोल दिते जाणगे। इस लांघे खुलण तो बाद किसानां नूं किस तरह दीआं मुश्किलां आ सकदियां है, किसान उस लांघा खुलण दी सहमति बिल्कुल पहलां ही दे चुके ने, क्योंकि सुप्रीम कोर्ट के इस आदेश नूं जां सुप्रीम कोर्ट की टिप्पणी के बरखिलाफत किसान लीडर नहीं करना चाहते। तो सुप्रीम कोर्ट के अंतम आदेश जो 6 दिसंबर आ सकते हैं उन्हें तो पहला किसान लीडर किस तरह की अपनी प्लैनिंग बनाएंगे 6 नवंबर पता लगेगा। इतने जाते जाते भी गल कहनी ठीक समझांगे, किसान संघर्ष के टिकरी बार्डर से हमायत करने वाले नौजवानों वालों एक वीडियो कुछ समा पहला पाई गई है, कबड्डी खिडारी रुपिंदर जलाल उन्हां दीआं गल्लां बातां की ने वह भी जाते जाते सुन लैने। समझ नहीं आती बस हूँ बोलने नाल चुप चंगेरी चुप तो चंगा पर्दा, बस हूँ समझ नहीं आ रहा भी की सिस्टम आ। देख लो जी आ इत्थे सारा जिहड़ा रास्ता इत्थों लैके आह आ रास्ता इदा बनाता इन्होंने,
आलो जी पहला स्कूटर लंघ गया 11 महीने बाद आए पहला रास्ता गया गया भाई आह लेके आ आ रास्ता दिता गा 2.5 फुट का रास्ता ਸਤਿ ਸ਼੍ਰੀ ਅੰਕਲ ਠੀਕ ਹੋ ਇਹ 2.5 ਫੁੱਟ ਦਾ ਦਿੱਤਾ 2.5 ਫੁੱਟ ਠੀਕ ਹੈ ਜੀ 2.5 ਦੋ ਜਗ੍ਹਾ 90 ਅੱਛਾ ਇੱਕ ਇਧਰੋਂ ਤੇ ਇੱਕ ਇਧਰੋਂ 2.5 ਫੁੱਟ ਇਧਰੋਂ ਤੇ 2.5 ਫੁੱਟ ਇਧਰੋਂ ਰਸਤਾ ਜਿਹੜਾ ਇਹ ਲੈ ਕੇ ਸ਼ਾਮ ਦੇ 8 ਵਜੇ ਤੱਕ ਸਵੇਰ 7 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਹਾਂ ਨਾ ਬਸ ਸਹੀ ਆ ਆ ਰਸਤਾ ਪੁਲਿਸ ਫੌਜ ਖੜੀ ਆ ਸਾਰੀ ਉੱਥੇ ਭਰਾਵੋ ਆ ਇੱਥੋਂ ਰਸਤਾ ਜਿਹੜਾ ਬੰਦ ਹੋਇਆ ਵਾ ਸੀ ਆਹ ਰਸਤਾ ਸਾਰਾ ਇੱਧਰ ਦੀ 2.5 ਫੁੱਟ ਇੱਧਰ ਦੀ ਅਤੇ 2.5 ਫੁੱਟ ਹੀ ਇੱਧਰ ਦੀ ਜਿਹੜਾ ਰਸਤਾ ਉਹ ਦਿੱਤਾ ਹੁਣ ਪਤਾ ਨਹੀਂ ਇਹਨਾਂ ਦਾ ਕੀ ਗੱਲਬਾਤ ਹੋਈ ਆ ਇਹ ਹੁਣ ਸੰਯੁਕਤ ਮੋਰਚਾ ਦੱਸ ਸਕਦਾ ਪਰ ਮੇਰੀ ਸੋਚ ਮੁਤਾਬਕ ਇਹ ਗਲਤ ਆ